ਓਕੇ ਗਾਈਸ, ਆਪਾਂ ਚੈਪਟਰ ਰੀਡ ਆਊਟ ਕਰ ਰਹੇ ਸੀ ਸੰਯੁਕਤ ਰਾਸ਼ਟਰ, ਠੀਕ ਹੈ। ਇਸ 'ਤੇ ਆਪਾਂ ਅੰਗ ਪੜ੍ਹ ਰਹੇ ਸੀ, ਮਹਾਂਸਭਾ ਹੋ ਚੁੱਕਾ, ਸੁਰੱਖਿਆ ਪ੍ਰੀਸ਼ਦ ਹੋ ਚੁੱਕੀ ਹੈ, ਠੀਕ ਹੈ। ਨੈਕਸਟ ਹੈ ਆਰਥਿਕ ਅਤੇ ਸਮਾਜਿਕ ਪ੍ਰੀਸ਼ਦ। ਇਸ ਦਾ ਬੇਟਾ ਇਸ ਤਰ੍ਹਾਂ ਕੁਸ਼ਚਨ ਬਣ ਕੇ ਆ ਰਿਹਾ ਹੈ, ਆਰਥਿਕ ਅਤੇ ਸੁਰੱਖਿਆ ਪ੍ਰੀਸ਼ਦ ਬਣਤਰ ਅਤੇ ਇਸ 'ਤੇ ਕਾਰਜ ਦੱਸੋ, ਯਾਨੀ ਕਿ ਇਹ ਦੋਨੋਂ ਮਿਕਸ ਕਰ ਰਹੇ ਨੇ। ਸੁਰੱਖਿਆ ਪ੍ਰੀਸ਼ਦ ਬਾਰੇ ਵੀ ਦੱਸਣਾ, ਜਿਹਦੀ ਵੀਡੀਓ ਪਹਿਲਾਂ ਅਪਲੋਡ ਹੋ ਚੁੱਕੀ ਹੈ, ਅਤੇ ਆਰਥਿਕ ਪ੍ਰੀਸ਼ਦ ਬਾਰੇ ਵੀ ਦੱਸਣਾ ਹੈ, ਜਿਹਦੇ ਬਾਰੇ ਵੀਡੀਓ ਹੁਣ ਮੈਂ ਅਪਲੋਡ ਕਰਨ ਜਾ ਰਹੀ ਹੈਗੀ ਹਾਂ। ਇਕੱਲਾ ਇਕੱਲਾ ਅੰਗ ਵੀ ਆ ਸਕਦਾ, ਜਿਵੇਂ ਮਹਾਂਸਭਾ ਦਾ ਅੰਗ ਇਕੱਲਾ ਆਇਆ, ਸੁਰੱਖਿਆ ਪ੍ਰੀਸ਼ਦ ਆਇਆ, ਅਤੇ ਦੋ ਅੰਗ ਇਕੱਠੇ ਲਿਖਣ ਲਈ ਵੀ ਕਹਿ ਸਕਦੇ ਹੈਗੇ ਆ, ਠੀਕ ਹੈ। ਤੁਸੀਂ ਉਹੀ 20 ਨੰਬਰ ਦੇ ਅਕੋਰਡਿੰਗ ਜਿਵੇਂ ਵੀ ਹੈ ਕੁਸ਼ਚਨ ਅਟੈਂਪਟ ਕਰਨਾ ਹੈ। ਸੋ ਸਟਾਰਟ ਕਰਦੇ ਹਾਂ। ਆਰਥਿਕ ਅਤੇ ਸਮਾਜਿਕ ਪ੍ਰੀਸ਼ਦ, ਜੋ ਕਿ ਸੰਯੁਕਤ ਰਾਸ਼ਟਰ ਦਾ ਤੀਜਾ ਅੰਗ ਹੈ, ਪਹਿਲਾ ਮਹਾਂਸਭਾ ਹੋ ਗਿਆ, ਦੂਸਰਾ ਸੁਰੱਖਿਆ ਪ੍ਰੀਸ਼ਦ, ਉਹ ਤੀਸਰਾ ਅੰਗ ਹੋ ਗਿਆ ਆਰਥਿਕ ਅਤੇ ਸਮਾਜਿਕ ਪ੍ਰੀਸ਼ਦ। ਕਹਿੰਦਾ ਸੰਯੁਕਤ ਰਾਸ਼ਟਰ ਦਾ ਉਦੇਸ਼ ਜਸਟ ਇਹੋ ਨਹੀਂ ਆ ਕਿ ਯੁੱਧ ਰੋਕਣਾ ਜਾਂ ਸ਼ਾਂਤੀ ਬਣਾਈ ਰੱਖਣਾ, ਠੀਕ ਹੈ, ਬਟ ਇਸ ਤੋਂ ਇਲਾਵਾ ਹੋਰ ਵੀ ਇਹਦਾ ਟਾਰਗੇਟ ਹੈਗਾ ਕਿ ਆਰਥਿਕ ਅਤੇ ਸਮਾਜਿਕ ਕਲਿਆਣ ਕੀਤਾ ਜਾਵੇ। ਕਿਉਂਕਿ ਜਿਹੜੇ ਇਸ ਦੇ ਨਿਰਮਾਤਾ ਸੀ, ਯਾਨੀ ਜਿਹੜੇ 51 ਦੇਸ਼ ਵਾਲੇ ਮੈਂਬਰ ਸੀ, ਇਹਦੇ ਪ੍ਰਤੀਨਿਧ ਸੀ, ਉਹਨਾਂ ਨੂੰ ਇਹ ਚੰਗੀ ਤਰ੍ਹਾਂ ਇਹ ਗੱਲ ਦਾ ਪਤਾ ਸੀ ਕਿ ਜਿੰਨਾ ਤੱਕ ਸੰਸਾਰ ਵਿੱਚ, ਪੂਰੇ ਸਮਾਜ ਵਿੱਚ, ਪੂਰੀ ਦੁਨੀਆ ਵਿੱਚ ਨਿਆਂ ਦੇ ਆਧਾਰ 'ਤੇ ਸਮਾਜਿਕ ਆਰਥਿਕ ਵਿਵਸਥਾ ਸਥਾਪਿਤ ਨਹੀਂ ਹੋਏਗੀ, ਉਹਨਾਂ ਤੱਕ ਸ਼ਾਂਤੀ ਵੀ ਸਥਾਪਿਤ ਨਹੀਂ ਹੋ ਸਕਦੀ। ਰੀਜ਼ਨ ਇਹ, ਮੰਨ ਲਓ ਕਿ ਇੱਕ ਦੇਸ਼ ਜਿਹੜਾ ਹੈਗਾ ਬਹੁਤ ਅਮੀਰ ਹੈ, ਉਸਦਾ ਜਿਹੜਾ ਗੁਆਂਢੀ ਦੇਸ਼ ਹੈ ਉਹ ਬਹੁਤ ਜ਼ਿਆਦਾ ਗਰੀਬ ਹੈ, ਸਮਾਜਿਕ ਪੱਖੋਂ ਪਛੜਿਆ ਪਿਆ, ਆਰਥਿਕ ਪੱਖੋਂ ਪਛੜਿਆ ਪਿਆ, ਤਾਂ ਨੁਕਸਾਨ ਕਿਹਨੂੰ ਹੋਏਗਾ? ਅਮੀਰ ਦੇਸ਼ ਨੂੰ ਵੀ ਨਾਲੋਂ ਨਾਲ ਹੋਏਗਾ, ਕਿਉਂਕਿ ਜੋ ਅੱਤਵਾਦੀ ਗਤੀਵਿਧੀਆਂ ਹੋਣਗੀਆਂ, ਪੰਨਤੋੜ, ਕ੍ਰਾਂਤੀਆਂ ਵਗੈਰਾ ਜੋ ਕੁਛ ਵੀ ਆ, ਤਾਂ ਉਹਨਾਂ ਨੂੰ ਟਾਈਮ ਟੂ ਟਾਈਮ ਫਿਰ ਫੇਸ ਕਰਨਾ ਪਵੇਗਾ। ਤਾਂ ਮੱਚ ਬੈਟਰ ਇਹੋ ਆ ਕਿ ਉਸ ਦੇਸ਼ ਨੂੰ ਵੀ ਡੈਵਲਪ ਕੀਤਾ ਜਾਵੇ, ਠੀਕ ਹੈ, ਤਾਂ ਜੋ ਆਪਣਾ ਵਿਕਾਸ ਕਰ ਸਕੇ ਅਤੇ ਤੁਸੀਂ ਆਪਣਾ ਦੇਸ਼ ਦਾ ਵਿਕਾਸ ਹੋ ਸਕੇ। ਅਰੇ ਇਸ ਕਰਕੇ ਜਿਹੜਾ ਗਾ ਵਾ, ਉਹਨਾਂ ਨੂੰ ਇਹ ਟਾਰਗੇਟ ਸੀ ਕਿ ਨਹੀਂ ਵੀ ਚਲੋ ਸ਼ਾਂਤੀ ਤਾਂ ਆਪਾਂ ਬਣਾਈ ਰੱਖਣੀ ਰੱਖਣੀ ਆ, ਪਰ ਸ਼ਾਂਤੀ ਵੀ ਉਸ ਤੋਂ ਬਿਨਾਂ ਨਹੀਂ ਬਣ ਕੇ ਰੱਖ ਸਕਦੀ ਜਿੰਨਾ ਤੱਕ ਸਮਾਜਿਕ ਅਤੇ ਆਰਥਿਕ ਦਾ ਵਿਕਾਸ ਨਹੀਂ ਹੁੰਦਾ, ਪ੍ਰੋਪਰ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜਾ ਸੰਯੁਕਤ ਰਾਸ਼ਟਰ ਦਾ ਜਿਹੜਾ ਸੰਵਿਧਾਨ ਆ ਕਹਿ ਲਓ ਜਾਂ ਚਾਰਟਰ ਕਹਿ ਲਓ, ਅਟਲਾਂਟਿਕ ਚਾਰਟ ਆ, ਉਹਦੇ ਆਰਟੀਕਲ 1 ਵਿੱਚ ਲਿਖਿਆ ਹੈਗਾ ਵਾ ਕਿ ਸੰਯੁਕਤ ਰਾਸ਼ਟਰ ਦੇ ਵਿਭਿੰਨ ਉਦੇਸ਼ਾਂ ਵਿੱਚੋਂ, ਬਹੁਤ ਸਾਰੇ ਉਦੇਸ਼ ਨੇ ਇਹਦੇ, ਠੀਕ ਆ, ਸ਼ਾਂਤੀ ਸਥਾਪਿਤ ਕਰਨਾ, ਆਰਥਿਕ ਵਿਕਾਸ ਕਰਨਾ, ਸੁਤੰਤਰਤਾਵਾਂ ਦੇਣੀਆਂ, ਮੌਲਿਕ ਅਧਿਕਾਰ ਦੇਣੇ, ਬਹੁਤ ਸਾਰੇ ਉਦੇਸ਼ ਨੇ ਜਿਹਦਾ ਕਰਕੇ ਬਣਿਆ ਹੋਇਆ। ਉਹਨਾਂ ਉਦੇਸ਼ਾਂ ਵਿੱਚੋਂ ਕਹਿੰਦਾ ਇੱਕ ਉਦੇਸ਼ ਇਹ ਵੀ ਆ, ਸਮਾਜਿਕ, ਆਰਥਿਕ, ਸੱਭਿਆਚਾਰ, ਮਾਨਵੀ ਸਰੂਪ ਦੀਆਂ ਸਮੱਸਿਆ ਨੂੰ ਸੁਲਝਾਉਣਾ, ਇਸ ਲਈ ਸਾਰੇ ਦੇਸ਼ਾਂ ਵਿੱਚ ਇੱਕਜੁੱਟਤਾ ਪੈਦਾ ਕਰਨੀ, ਸਹਿਯੋਗ ਪੈਦਾ ਕਰਨਾ, ਅਤੇ ਬਿਨਾਂ ਡਿਸਕ੍ਰੀਮੀਨੇਸ਼ਨ ਤੋਂ, ਯਾਨੀ ਕਿ ਕੋਈ ਜਾਤ ਪਾਤ, ਰੰਗ, ਨਸਲ, ਧਰਮ ਆਦਿ ਆਧਾਰ 'ਤੇ, ਬਿਨਾਂ ਇਸ ਦੇ ਵਿਤਕਰੇ ਤੋਂ ਹਰੇਕ ਨੂੰ ਜਿਹੜੇ ਫੰਡਾਮੈਂਟਲ ਰਾਈਟਸ ਆ ਨਾ ਉਹਦੇ, ਮਨੁੱਖ ਦੇ, ਉਹ ਪ੍ਰਦਾਨ ਕਰਨੇ, ਅਤੇ ਸੁਤੰਤਰਤਾਵਾਂ ਲਈ ਲੋਕਾਂ ਵਿੱਚ ਇੱਕ ਸਤਿਕਾਰ ਦੀ ਭਾਵਨਾ ਪੈਦਾ ਕਰਨੇ। ਹੁਣ ਇਸ ਦੀ ਬਣਤਰ ਕੀ ਆ, ਯਾਨੀ ਕਿ ਸੁਰੱਖਿਆ ਪ੍ਰੀਸ਼ਦ ਜਿਹੜੀ ਹੈਗੀ, ਆਰਥਿਕ ਪ੍ਰੀਸ਼ਦ ਦੀ ਬਣਤਰ ਕੀ ਆ, ਇਹ ਆਰਟੀਕਲ 61 ਵਿੱਚ ਇਹਦਾ ਵਰਣਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਇਹਦੀ ਬਣਤਰ ਹੋਏਗੀ, ਕਿੰਨੇ ਮੈਂਬਰ ਹੋਣਗੇ, ਕਿਵੇਂ ਬਣਨਗੇ। ਸਟਾਰਟਿੰਗ 'ਚ ਇਹਦੇ ਕਹਿੰਦੇ 18 ਮੈਂਬਰ ਸੀ, ਬਾਅਦ ਵਿੱਚ ਇਹਦੇ 54 ਮੈਂਬਰ ਹੋ ਗਏ, ਅਤੇ ਇਹਦੇ ਮੈਂਬਰ ਜਿਹੜੇ ਹੈਗੇ ਆ ਮਹਾਂਸਭਾ ਦੁਆਰਾ ਚੁਣੇ ਜਾਂਦੇ ਆ, ਮਹਾਂਸਭਾ ਦੁਆਰਾ 2/3 ਬਹੁਤ ਸਮਝੇ ਨਾਲ ਚੁਣੇ ਜਾਂਦੇ ਆ, ਅਤੇ ਕਿੰਨੇ ਸਾਲ ਲਈ? 3 ਸਾਲ ਲਈ। ਪਹਿਲਾਂ 18 ਮੈਂਬਰ ਸੀ, ਹੁਣ 54 ਮੈਂਬਰ ਹੋ ਗਏ ਆ। ਮੈਂਬਰਾਂ ਦੀ ਜਿਹੜੀ ਇਲੈਕਸ਼ਨ ਆ ਉਹ ਮਹਾਂਸਭਾ ਦੁਆਰਾ 2/3 ਜਿਹੜੀ ਹੈਗੀ ਮਜੋਰਟੀ ਦੇ ਨਾਲ, ਕਿੰਨੇ ਸਾਲਾਂ ਲਈ? 3 ਸਾਲਾਂ ਲਈ ਚੁਣੇ ਜਾਂਦੇ ਹੈਗੇ ਆ। ਅਤੇ ਜਿਹੜੇ 1/3 ਮੈਂਬਰ ਆ ਨਾ, ਉਹ ਹਰ ਸਾਲ ਰਿਟਾਇਰ ਹੋ ਜਾਂਦੇ ਆ, ਜਿਵੇਂ ਆਪਣੀ ਸੰਸਦ ਜਿਹੜੀ ਹੁੰਦੀ ਆ ਉਹਦਾ ਉੱਪਰਲਾ ਰਾਜ ਸਭਾ ਦੇ ਮੈਂਬਰ ਜਿਹੜੇ ਰਿਟਾਇਰ ਹੁੰਦੇ ਰਹਿੰਦੇ ਹੈਗੇ ਆ, ਠੀਕ ਆ, ਤਾਂ ਉਹਦੇ ਥਾਂ 'ਤੇ ਯਾਨੀ ਕਿ ਨਵੇਂ ਮੈਂਬਰ ਆ ਜਾਂਦੇ ਆ। ਇਟ ਮੀਨਸ ਫਿਰ ਇੱਕ ਮੈਂਬਰ ਦੀ ਜਿਹੜੀ ਇਲੈਕਸ਼ਨ ਟਨਿਊਰ ਆ, ਟਾਈਮ ਕਿੰਨਾ ਹੋ ਗਿਆ? 3 ਸਾਲ ਦਾ।
ਇਜਲਾਸ ਕਦੋਂ ਬੁਲਾਇਆ ਜਾਂਦਾ? ਇਹਦਾ ਜਿਹੜਾ ਵਰਣ 72 ਵਿੱਚ ਵਰਣ ਕੀਤਾ, ਬਣਤਰ ਦਾ 61 ਵਿੱਚ ਅਤੇ ਇਜਲਾਸ ਦਾ 72 ਵਿੱਚ ਕੀਤਾ ਗਿਆ। ਅਤੇ ਕਹਿੰਦਾ ਕਿ ਆਰਥਿਕ ਅਤੇ ਸਮਾਜਿਕ ਪਰਿਸ਼ਦ ਬੈਠਕਾਂ ਲੋੜ ਅਤੇ ਲੋੜ ਅਨੁਸਾਰ ਉਸਦੇ ਆਪਣੇ ਨਿਯਮਾਂ ਅਨੁਸਾਰ ਬੁਲਾਈਆਂ ਜਾਣਗੀਆਂ। ਪਰ ਜੇਕਰ ਕੋਈ ਐਮਰਜੈਂਸੀ ਲੱਗਦੀ ਆ, ਜੇਕਰ ਮਜੋਰਟੀ ਤੌਰ 'ਤੇ ਕੋਈ ਕਹਿ ਦਿੰਦਾ ਕਿ ਨਹੀਂ ਵੀ ਇਹ ਬੁਲਾਉਣੀ ਜ਼ਰੂਰੀ ਆ, ਤਾਂ ਉਹ ਬੁਲਾਈ ਵੀ ਜਾ ਸਕਦੀ ਹੈਗੀ ਆ, ਸਪੈਸ਼ਲ ਇਜਲਾਸ ਬੁਲਾਇਆ ਜਾ ਸਕਦਾ ਗਾ। ਅਤੇ ਕਹਿੰਦਾ ਆਮ ਤੌਰ 'ਤੇ ਇਸਦੇ ਸਾਲ ਵਿੱਚ ਉੱਦਾਂ 2 ਵਾਰੀ ਇਜਲਾਸ ਹੋਣੇ ਜ਼ਰੂਰੀ ਆ, ਜਿਵੇਂ ਆਪਣੇ ਸੰਸਦ ਦੇ ਇਜਲਾਸ ਹੁੰਦੇ ਆ ਨਾ, 6 ਮਹੀਨੇ ਬਾਅਦ ਹੋਣਾ ਜ਼ਰੂਰੀ ਆ, ਕਹਿਣ ਦਾ ਭਾਵ ਕਿ ਆਪੇ ਸਾਲ ਵਿੱਚ 2 ਵਾਰੀ ਹੋ ਗਿਆ, 2 ਵਾਰੀ ਹੋਣਾ ਜ਼ਰੂਰੀ ਹੈਗੀ ਆ। ਨੈਕਸਟ ਹੈਗਾ ਕਿ ਆਰਥਿਕ ਅਤੇ ਸਮਾਜਿਕ ਪਰਿਸ਼ਦ ਦੀਆਂ ਬੈਠਕਾਂ ਵਿੱਚ ਅੰਤਰਰਾਸ਼ਟਰੀ ਏਜੰਸੀਆਂ ਦੇ ਪ੍ਰਤੀਨਿਧ ਵਗੈਰਾ ਵੀ ਸ਼ਾਮਿਲ ਹੁੰਦੇ ਹਨ। ਪ੍ਰਧਾਨ ਕੌਣ ਬਣਦਾ? ਆਰਥਿਕ ਅਤੇ ਸਮਾਜਿਕ ਪਰਿਸ਼ਦ ਦਾ ਇੱਕ ਪ੍ਰਧਾਨ ਹੁੰਦਾ ਹੈ ਜੋ ਕਿ ਇਸ ਦੇ ਮੈਂਬਰਾਂ ਦੁਆਰਾ ਆਪਣੇ ਵਿੱਚੋਂ ਹੀ ਚੁਣਿਆ ਜਾਂਦਾ ਹੈ। ਆਈ ਹੋਪ ਇਹਦੀ ਤਾਂ ਤੁਹਾਨੂੰ ਸਮਝ ਲੱਗ ਗਈ ਹੋਏਗੀ, ਠੀਕ ਹੈ, ਕਿ ਆਰਟੀਕਲ 1 ਵਿੱਚ ਇਹਦਾ ਵਰਣ ਕੀਤਾ ਗਿਆ, 61 'ਚ ਇਹਦੇ 'ਚ ਬਣਤਰ ਦਾ ਵਰਣ ਕੀਤਾ ਗਿਆ, ਇਜਲਾਸ ਜਿਹੜਾ ਕਿ 72 ਵਿੱਚ ਵਰਣ ਕੀਤਾ ਗਿਆ, ਪ੍ਰਧਾਨ ਚੁਣਿਆ ਜਾਂਦਾ। ਹੁਣ ਇਹਦੇ ਕੰਮ ਕੀ ਹੈ, ਕੰਮ ਕੀ ਕਰਦੇ ਆ? ਕੰਮਾਂ ਦਾ ਜਿਹੜਾ ਵਰਣਨ ਆ ਉਹ ਆਰਟੀਕਲ 62 ਅਤੇ 66 ਵਿੱਚ ਵਰਣ ਕੀਤਾ ਗਿਆ ਹੈ। ਕਹਿੰਦਾ 62 ਵਿੱਚ ਕਿਹਾ ਗਿਆ ਹੈ ਕਿ ਆਰਥਿਕ ਅਤੇ ਸਮਾਜਿਕ ਪਰਿਸ਼ਦ ਸੰਸਾਰ ਦੇ ਸਮਾਜਿਕ, ਆਰਥਿਕ, ਸੱਭਿਆਚਾਰ, ਵਿੱਦਿਅਕ, ਸਿਹਤ ਆਦਿ ਵਿਸ਼ੇ ਨੂੰ ਸੰਬੰਧ ਵਿੱਚ ਇੱਕ ਸਟੱਡੀ ਕਰਵਾ ਸਕਦੀ ਅਤੇ ਰਿਪੋਰਟ ਤਿਆਰ ਕਰਵਾ ਸਕਦੀ ਆ। ਸਪੋਜ਼ ਕਰੋ ਇੰਡੀਆ ਦੀ ਜਿਹੜੀ ਹੈਗੀ ਆ ਰਿਪੋਰਟ ਤਿਆਰ ਕਰਵਾ ਲੈਂਦੀ ਆ ਕਿ ਜਿੰਨਾ ਮੈਂ ਤੁਹਾਨੂੰ ਟਾਰਗੇਟ ਦਿੱਤਾ ਸੀ, ਫਾਈਨੈਂਸ਼ੀਅਲ ਹੈਲਪ ਕੀਤੀ ਆ, ਜਾਂ ਇਹ ਟਾਰਗੇਟ ਦਿੱਤਾ ਸੀ ਕਿ ਤੁਹਾਡਾ ਸਮਾਜਿਕ ਆਰਥਿਕ ਸਥਿਤੀ ਜਿਹੜੀ ਕਿ ਸਹੀ ਹੈ, ਠੀਕ ਹੈ, ਵਿੱਦਿਅਕ ਐਜੂਕੇਸ਼ਨ ਹਰੇਕ ਨੂੰ ਇੱਕ ਜਿਹੜੀ ਹੈਗੀ ਆ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਆ 5th-8th ਤੱਕ ਜਿਹੜੀ ਐਜੂਕੇਸ਼ਨ ਉਹ ਮਿਲ ਰਹੀ ਆ, ਬੇਸਿਕ ਸਿਹਤ ਦੀਆਂ ਸਹੂਲਤਾਂ ਹਰੇਕ ਨੂੰ ਮਿਲ ਰਹੀ ਆ, ਉਹ ਰਿਪੋਰਟ ਤਿਆਰ ਕਰਕੇ ਬਾਅਦ 'ਚ ਸਬਮਿਟ ਕਰਵਾਈ ਜਾਂਦੀ ਹੈਗੀ ਆ ਕਿ ਵਾਕਿਆ ਇਹਨਾਂ ਦਾ ਜਿਹੜਾ ਹੈਗਾ ਵਾ ਸਹੀ ਤਰ੍ਹਾਂ ਸਿਸਟਮ ਚੱਲ ਰਿਹਾ। ਉਹ ਵੱਖਰੀ ਗੱਲ ਹੈ ਕਿ ਬਹੁਤ ਜ਼ਿਆਦਾ ਫੇਕ ਰਿਪੋਰਟਸ ਤਿਆਰ ਹੋ ਜਾਂਦੀਆਂ, ਜੇ ਇਹ ਵਾਕਿਆ ਰਿਆਲਿਟੀ ਵਿੱਚ ਹੋਣ 'ਤੇ ਕੋਈ ਵੀ ਦੇਸ਼ ਜਿਹੜਾ ਹੈਗਾ ਬੇਸਿਕ ਨੀਡਸ ਤੋਂ ਵਾਂਝਾ ਨਾ ਰਹੇ। ਕਹਿੰਦਾ ਦੈਨ ਆਫਟਰ ਫਿਰ ਕਹਿੰਦਾ ਇਹ ਆਪਣੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਵਿਸ਼ਿਆਂ ਦੇ ਸੰਬੰਧ ਵਿੱਚ ਆਪਣੀ ਰਿਪੋਰਟ ਮਹਾਂ ਸਭਾ ਦੇ ਸਾਹਮਣੇ ਵੀ ਪੇਸ਼ ਕਰ ਸਕਦੀ ਹੈ। ਇੱਕ ਤਾਂ ਵੱਖਰੇ ਵੱਖਰੇ ਪਹਿਲੂ ਨਾਲ ਰਿਪੋਰਟ ਤਿਆਰ ਕਰਵਾ ਸਕਦੀ ਹੈ, ਦੂਜਾ ਜਿਹੜੇ ਉਹ ਹੋਰ ਇਹਦੇ ਵਿਸ਼ੇ ਦੇ ਆਧਾਰ 'ਤੇ ਹੁੰਦੇ ਆ, ਅਧਿਕਾਰ ਖੇਤਰਾਂ ਅਧੀਨ ਵਿਸ਼ੇ ਹੁੰਦੇ ਹੈਗੇ ਆ, ਉਹਦੇ ਸੰਬੰਧੀ ਵੀ ਰਿਪੋਰਟ ਜਿਹੜੀ ਮਹਾਂ ਸਭਾ ਕੋਲ ਪੇਸ਼ ਕਰ ਸਕਦੀ ਹੈ, ਜਿਵੇਂ ਅਧਿਕਾਰਾਂ ਨਾਲ ਰਿਲੇਟਡ ਹੋ ਗਿਆ, ਸੁਤੰਤਰਤਾ ਨਾਲ ਰਿਲੇਟਡ ਵਗੈਰਾ ਹੋ ਗਿਆ, ਜਾਂ ਕੁਛ ਵੀ ਵਗੈਰਾ ਚੀਜ਼ਾਂ ਹੋ ਗਈਆਂ। ਕਹਿੰਦਾ ਇਹ ਮਨੁੱਖੀ ਅਧਿਕਾਰਾਂ ਅਤੇ ਵਿਅਕਤੀਆਂ ਦੇ ਬੁਨਿਆਦੀ ਸੁਤੰਤਰਤਾਵਾਂ ਲਈ ਸਤਿਕਾਰ ਪੈਦਾ ਕਰਦੀ ਹੈ। ਇਹ ਮਹਾਂਸਭਾ ਦੀ ਸਿਫਾਰਿਸ਼ ਉੱਤੇ ਜਾਂ ਆਪਣੇ ਹੀ ਯਤਨਾਂ ਨਾਲ ਅੰਤਰਰਾਸ਼ਟਰੀ ਇੱਕ ਸੰਮੇਲਨ ਵੀ ਬੁਲਾ ਸਕਦੀ ਹੈ। ਆਰਟੀਕਲ 63 ਵਿੱਚ ਕਿਹਾ ਗਿਆ ਹੈ ਕਿ ਇੱਕ ਮਹਾਂਸਭਾ ਦੀ ਪਰਮਿਸ਼ਨ ਨਾਲ ਕਿਸੇ ਵੀ ਏਜੰਸੀ ਨਾਲ ਸਮਝੌਤਾ ਕਰ ਸਕਦੀ ਹੈ ਅਤੇ ਉਹਨਾਂ 'ਚ ਬੈਲੈਂਸ ਵੀ ਕ੍ਰੀਏਟ ਕਰਦੀ ਆ। 64 ਵਿੱਚ ਕਿਹਾ ਗਿਆ ਹੈ ਕਿ ਵਿਸ਼ੇਸ਼ ਏਜੰਸੀਆਂ ਤੋਂ ਨਿਯਮਿਤ ਰਿਪੋਰਟ ਪ੍ਰਾਪਤ ਕਰਦੀ ਹੈ ਕਿ ਜੋ ਜੋ ਤੁਹਾਨੂੰ ਕੰਮ ਕਿਹਾ ਸੀ, ਜੋ ਏਜੰਸੀਆਂ ਬਣੀਆਂ, ਕਮੇਟੀਆਂ ਬਣੀਆਂ, ਉਹ ਤੁਸੀਂ ਟਾਈਮ ਟੂ ਟਾਈਮ ਪੂਰਾ ਕੀਤਾ ਕਿ ਨਹੀਂ ਕੀਤਾ ਗਾ, ਉਹ ਰਿਪੋਰਟ ਸਾਰੀ ਮੰਗਦੀ ਹੈਗੀ ਹੈ ਅਤੇ ਟਿੱਪਣੀਆਂ ਵੀ ਦੇ ਸਕਦੀ ਹੈ ਕਿ ਆਹ ਕੰਮ ਇਸ ਤਰ੍ਹਾਂ ਵਗੈਰਾ ਹੋਣਾ ਚਾਹੀਦਾ ਗਾ। 65 ਵਿੱਚ ਕਿਹਾ ਗਿਆ ਕਿ ਪ੍ਰੀਸ਼ਦ ਆਰਥਿਕ ਅਤੇ ਸਮਾਜਿਕ ਮਾਮਲੇ ਉੱਪਰ ਸੁਰੱਖਿਆ ਪ੍ਰੀਸ਼ਦ ਨੂੰ ਸੂਚਿਤ ਵੀ ਕਰ ਸਕਦੀ ਹੈਗੀ ਆ, ਠੀਕ ਹੈ, ਸੁਰੱਖਿਆ ਪ੍ਰੀਸ਼ਦ ਨੂੰ ਕਿ ਕੋਈ ਮੰਨ ਲਓ ਕਿ ਸਮਾਜਿਕ ਤੌਰ 'ਤੇ ਕਿਸੇ ਨਾਲ ਡਿਸਕ੍ਰੀਮੀਨੇਸ਼ਨ ਹੋ ਰਿਹਾ ਹੈ, ਇੱਕ ਕੈਟਾਗਰੀ ਵਿੱਚ ਮੰਨ ਲਓ ਮੁਸਲਮਾਨ ਕੰਟਰੀ ਆ, ਉੱਥੇ ਸਿੱਖ ਕਮਿਊਨਿਟੀ ਰਹਿ ਰਹੀ ਆ ਅਤੇ ਸਿੱਖ ਕਮਿਊਨਿਟੀ ਨਾਲ ਬਹੁਤ ਜ਼ਿਆਦਾ ਡਿਸਕ੍ਰੀਮੀਨੇਸ਼ਨ ਹੋ ਰਿਹਾ ਹੈਗਾ ਵਾ, ਤਾਂ ਉਹ ਇਹੋ ਜਿਹਾ ਮਸਲਾ ਜਿਹੜਾ ਹੈਗਾ ਸੁਰੱਖਿਆ ਪ੍ਰੀਸ਼ਦ ਕੋਲ ਲੈ ਕੇ ਆ ਸਕਦੀ ਅਤੇ ਸੁਰੱਖਿਆ ਪ੍ਰੀਸ਼ਦ ਉੱਤੇ ਕਾਰਵਾਈ ਕਰ ਸਕਦੀ ਹੈਗੀ ਆ ਅਤੇ ਲੋੜ ਪੈਣ 'ਤੇ ਉਹਨਾਂ ਮਾਮਲੇ ਸੰਬੰਧੀ ਲੋੜੀਂਦੀ ਸਹਾਇਤਾ ਵੀ ਦੇ ਸਕਦੀ ਆ। ਆਰਟੀਕਲ 66 ਵਿੱਚ ਕਿਹਾ ਗਿਆ ਕਿ ਪ੍ਰੀਸ਼ਦ ਉਹ ਸਾਰੇ ਕੰਮ ਕਰ ਸਕਦੀ ਹੈ ਜੋ ਮਹਾਂ ਸਭਾ ਨੇ ਉਹਨੂੰ ਦਿੱਤੇ ਹੁੰਦੇ ਆ।
ਇਸ ਤੋਂ ਇਲਾਵਾ ਸੰਖੇਪ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਸਮਾਜਿਕ ਅਤੇ ਆਰਥਿਕ ਪ੍ਰੀਸ਼ਦ ਵਿਸ਼ਵ ਦੀਆਂ ਆਰਥਿਕ ਸਮੱਸਿਆਵਾਂ ਦੇ ਹੱਲ, ਮਨੁੱਖੀ ਜੀਵਨ ਦੇ ਪੱਧਰ ਨੂੰ ਉੱਚਾ ਚੁੱਕਣਾ, ਸੰਸਾਰ ਵਿੱਚ ਗਰੀਬੀ ਬੇਰੁਜ਼ਗਾਰੀ ਭੁੱਖਮਰੀ ਨੂੰ ਖਤਮ ਕਰਨਾ, ਮਨੁੱਖੀ ਅਧਿਕਾਰਾਂ ਅਤੇ ਸੁਤੰਤਰਤਾ ਨੂੰ ਯਕੀਨੀ ਬਣਾਉਣਾ, ਇਹਦੇ ਸੰਬੰਧ ਵਿੱਚ ਨਾਗਰਿਕਤਾ ਸੰਸਾਰ ਦੇ ਨਾਗਰਿਕ ਵਿੱਚ ਇੱਕ ਅਵੇਅਰਨੈਸ ਕ੍ਰੀਏਟ ਕਰਨਾ, ਇਹ ਬਹੁਤ ਸਾਰੇ ਕੰਮ ਕਰਦੀ ਆ। ਅਤੇ ਇਹ ਜਿਹੜੇ ਹੈਗੇ ਆ ਵੱਖਰੇ ਵੱਖਰੇ ਆਯੋਗਾਂ ਅਤੇ ਖੇਤਰੀ ਆਯੋਗਾਂ ਦੀ ਸਹਾਇਤਾ ਨਾਲ ਵੀ ਕੰਮ ਕਰਦੀ ਹੈ। ਠੀਕ ਆ, ਆਯੋਗ ਤੁਹਾਨੂੰ ਇਹ ਸਮਝ ਲੱਗੀ ਹੋਏਗੀ ਕਿ ਆਰਥਿਕ ਪ੍ਰੀਸ਼ਦ ਜਿਹੜੀ ਹੈਗੀ ਆ ਕਿਵੇਂ ਕੰਮ ਕਰਦੀ ਹੈਗੀ ਆ। ਨੈਕਸਟ ਵੀਡੀਓ 'ਚ ਆਪਾਂ ਕਰਾਂਗੇ ਬੇਟਾ ਅਮਾਨਤੀ ਪ੍ਰੀਸ਼ਦ। ਥੈਂਕਸ ਬੇਟਾ।